ਨਹਿਰ ਦੇ ਵਿੱਚ ਨਹਾਉਣ ਗਏ ਇੱਕ 11ਵੀਂ ਕਲਾਸ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਿਓ ਕਿ ਸਕੂਲ ਦੇ ਵਿੱਚ ਜਦੋਂ ਛੁੱਟੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਕੁਝ ਦੋਸਤਾਂ ਦੇ ਵੱਲੋਂ ਮਿਲ ਕੇ ਇਹ ਸਲਾਹ ਬਣਾਈ ਜਾਂਦੀ ਹੈ ਕਿ ਅੱਜ ਨਹਿਰ 'ਤੇ ਨਹਾਉਣ ਚੱਲਦੇ ਹਾਂ, ਤਾਂ ਜਿਸ ਤੋਂ ਬਾਅਦ ਇਹ ਬੱਚਾ ਵੀ ਬਾਕੀ ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਦੇ ਲਈ ਗਿਆ ਸੀ, ਪਰ ਅਚਾਨਕ ਹੀ ਕਿਹਾ ਜਾ ਰਿਹਾ ਕਿ ਪਾਣੀ ਕਾਫ਼ੀ ਤੇਜ਼ੀ ਨਾਲ ਆ ਗਿਆ, ਜਿਸ ਤੋਂ ਬਾਅਦ ਇਹ ਬੱਚਾ ਪਾਣੀ ਦੇ ਵਿੱਚ ਹੀ ਰੁੜ ਗਿਆ। ਹਾਲਾਂਕਿ ਜਿਹੜੇ ਇਸਦੇ ਦੋਸਤ ਸੀ ਉਹ ਵਾਲ-ਵਾਲ ਬਚ ਗਏ ਅਤੇ ਉਹ ਚੁੱਪਚਾਪ ਆਪਣੇ ਘਰ ਨੂੰ ਆ ਗਏ। ਅਤੇ ਜਦੋਂ ਬੱਚਾ ਸ਼ਾਮ ਤੱਕ ਆਪਣੇ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਭਾਲ ਕੀਤੀ ਗਈ, ਜਿਸ ਤੋਂ ਬਾਅਦ CCTV ਫੁਟੇਜ ਨੂੰ ਜਦੋਂ ਖੰਗਾਲਿਆ ਗਿਆ ਆਲੇ ਦੁਆਲੇ ਦੀ ਤਾਂ ਉਸਦੇ ਵਿੱਚ ਸਾਫ਼ ਹੋਇਆ ਕਿ ਇਹ ਬੱਚਾ ਜੋ ਹੈ ਉਹ ਆਪਣੇ ਦੋਸਤਾਂ ਦੇ ਨਾਲ ਜਾ ਰਿਹਾ। ਤਾਂ ਮਾਪਿਆਂ ਦੇ ਵੱਲੋਂ ਜਦੋਂ ਦੋਸਤਾਂ ਦੇ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਦੇ ਵਿੱਚ ਇਹ ਸਾਰਾ ਮਾਮਲਾ ਸਾਫ਼ ਹੋ ਗਿਆ ਕਿ ਉਹ ਪਾਣੀ ਦੇ ਵਿੱਚ ਰੁੜ ਗਿਆ। ਡਰ ਦੇ ਕਾਰਨ ਦੋਸਤਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ, ਜਿਸ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਕੜੀ ਮੁਸ਼ੱਕਤ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਸ ਬੱਚੇ ਦੀ ਹੁਣ ਲਾਸ਼ ਨੂੰ ਬਰਾਮਦ ਕੀਤਾ ਗਿਆ। ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ 11ਵੀਂ ਕਲਾਸ ਦੇ ਵਿੱਚ ਪੜ੍ਹਦੇ ਬੱਚੇ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਦੋਸਤ ਜੋ ਸੀ ਇਕੱਠੇ ਹੋ ਕੇ ਨਹਿਰ 'ਤੇ ਨਹਾਉਣ ਦੇ ਲਈ ਗਏ ਸੀ, ਪਰ ਅਚਾਨਕ ਹੀ ਪਾਣੀ ਤੇਜ਼ੀ ਨਾਲ ਆ ਗਿਆ, ਜਿਸ ਦੇ ਕਾਰਨ ਇਹ ਬੱਚਾ ਪਾਣੀ ਦੇ ਵਿੱਚ ਹੀ ਰੁੜ ਗਿਆ। ਤਾਂ 11ਵੀਂ ਕਲਾਸ ਦਾ ਇਹ ਸਟੂਡੈਂਟ ਦੱਸਿਆ ਜਾ ਰਿਹਾ, ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਤਾਂ ਦੱਸ ਦਈਏ ਕਿ ਇਸ ਖਬਰ ਤੋਂ ਸਾਰਿਆਂ ਨੂੰ ਸੇਧ ਲੈਣ ਦੀ ਵੀ ਲੋੜ ਹੈ ਕਿ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾਵੇ, ਉਹਨਾਂ ਨੂੰ ਕਦੇ ਵੀ ਨਹਿਰ ਦੇ ਕੰਢੇ 'ਤੇ ਜਾਂ ਫਿਰ ਸੂਹਿਆਂ ਦੇ ਕੰਢੇ 'ਤੇ ਨਾ ਜਾਣ ਦਿੱਤਾ ਜਾਵੇ। ਸਵਿਮਿੰਗ ਪੂਲ ਦੇ ਵਿੱਚ ਵੀ ਉਦੋਂ ਹੀ ਭੇਜੋ ਜੇਕਰ ਉੱਥੇ ਪੂਰੇ ਸੁਰੱਖਿਆ ਦੇ ਪ੍ਰਬੰਧ ਹੋਣ। ਵੈਸੇ ਤਾਂ ਜਾਣ ਦੀ ਲੋੜ ਹੀ ਨਹੀਂ, ਆਪਣੇ ਘਰ ਦੇ ਵਿੱਚ ਵੀ ਨਹਾ ਕੇ ਗਰਮੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਅਜਿਹੇ ਦੇ ਵਿੱਚ ਜਿਹੜੇ ਲਗਾਤਾਰ ਹਾਦਸੇ ਵਾਪਰ ਰਹੇ ਨੇ, ਇਸ ਤੋਂ ਕਿਤੇ ਨਾ ਕਿਤੇ ਮਾਪਿਆਂ ਨੂੰ ਸੇਧ ਲੈਣ ਦੀ ਲੋੜ ਹੈ ਕਿ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਬਹੁਤ ਹੀ ਮੰਦਭਾਗੀ ਘਟਨਾ ਜੀ ਵਾਪਰੀ ਕੱਲ੍ਹ ਸਾਡੇ, ਕਿਉਂਕਿ ਬੱਚਾ ਸਕੂਲ ਤੋਂ ਆਇਆ ਸੀਗਾ, ਉੱਥੋਂ ਬਾਅਦ ਇਹ ਨਹਿਰ ਆ ਸਾਡੇ ਨਾਲ ਦੀ ਲੱਗਦੀ ਲੰਘਦੇ ਤਲੇ ਕਾਲੇ ਪੁਲ ਦੇ ਕੋਲ, ਉੱਥੇ ਨਹਿਰ 'ਚ ਨਹਾਉਣ ਲੱਗ ਗਏ ਔਰ ਉੱਥੇ ਨਹਿਰ ਦਾ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਬੱਚੇ ਤੋਂ ਸੰਭਲਣ ਨਹੀਂ ਗਿਆ ਔਰ ਉੱਥੇ ਜਿਹੜੀ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਇਸ ਦੀ ਮੌਤ ਹੋ ਗਈ। ਆਮ ਦੇਖਿਆ ਜੀ ਨਹਿਰ ਦੇ ਵਿੱਚ ਕਾਫ਼ੀ ਬੱਚੇ ਜਿਹੜੇ ਹੈਗੇ ਨੇ, ਨਹਾਉਂਦੇ ਨਹੁੰਦੇ ਰਹਿੰਦੇ ਨੇ, ਘਰ ਵੀ ਹੈਗੇ ਨੇ ਨੇੜੇ ਉੱਥੇ ਜੀ। ਗੱਲ ਇਹ ਹੈ ਜੀ, ਚਲੋ ਬੱਚੇ ਚਲੇ ਤਾਂ ਜਾਂਦੇ ਆ, ਪਰ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਜਦੋਂ ਵਾਪਰਦੀਆਂ ਤਾਂ ਉਦੋਂ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਬੱਚੇ ਸਾਰੇ ਬੱਚਿਆਂ ਨੂੰ ਤੈਰਨਾ ਵੀ ਨਹੀਂ ਆਉਂਦਾ ਹੁੰਦਾ ਔਰ ਜਦੋਂ ਬੱਚਿਆਂ ਦੇ ਗਰੁੱਪ ਬਣ ਕੇ ਜਾਂਦੇ ਆ ਔਰ ਉੱਥੇ ਅਜਿਹੀ ਘਟਨਾ ਜਦੋਂ ਬੱਚੇ ਇਕੱਲੇ ਹੁੰਦੇ ਆ ਵਾਪਰਨ 'ਤੇ ਔਰ ਜਦੋਂ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਆ ਤਾਂ ਬੱਚੇ ਡਰ ਜਾਂਦੇ ਆ ਔਰ ਉੱਥੋਂ, ਕਿਉਂਕਿ ਜੇਕਰ ਕੋਈ ਸਿਆਣੇ ਬੰਦੇ ਹੋਣ ਤਾਂ ਉਹ ਇਸ ਚੀਜ਼ ਨੂੰ ਰੋਲ ਵੀ ਕਰ ਲੈਂਦੇ ਆ, ਕੋਈ ਨਾ ਕੋਈ ਰੌਲਾ ਪੈਂਦਾ ਉੱਥੇ ਜਾਂ ਬੱਚੇ ਨੂੰ ਬਚਾਇਆ ਜਾ ਸਕਦਾ। ਪਰ ਨਹੀਂ, ਇਹ ਜਿਹੜੀਆਂ ਮੈਂ ਸਮਝਦਾ ਵੀ ਸਾਨੂੰ ਬੱਚਿਆਂ ਨੂੰ ਇਸ ਗੱਲ ਤੋਂ ਕੰਟਰੋਲ ਕਰਨਾ ਚਾਹੀਦਾ ਔਰ ਬੱਚਿਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਦੋਂ ਉਹਨਾਂ ਨੂੰ ਤੈਰਨਾ ਹੀ ਆਉਂਦਾ ਅਤੇ ਕਦੇ ਵੀ ਤੇਜ਼ ਪਾਣੀ ਦੇ ਵਿੱਚ ਜਾਂ ਡੂੰਘੇ ਪਾਣੀ ਦੇ ਵਿੱਚ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ। ਕਿੰਨੀ ਕਲਾਸ ਪੜ੍ਹਦਾ ਸੀ ਬੱਚਾ? 11ਵੀਂ ਕਲਾਸ ਪੜ੍ਹਦਾ। 17 ਸਾਲ ਦਾ ਬੱਚਾ ਸੀਗਾ ਜੀ। ਹਾਂਜੀ, ਮਾਪਿਆਂ ਲਈ ਬਹੁਤ ਹੀ ਦੁਖਦਾਈ ਗੱਲ ਹੈ, ਕਿਉਂਕਿ ਬੱਚੇ ਨੂੰ ਮਸਾਂ ਪਾਲਦਾ ਪਲੋਸਦਾ ਔਰ ਇੱਥੋਂ ਤੱਕ ਲਿਆਉਂਦਾ ਔਰ ਬਹੁਤ ਵੱਡੀ ਜਿਹੜਾ ਘਾਟਾ ਪਿਆ, ਨੁਕਸਾਨ ਹੋਇਆ ਪਰਿਵਾਰ ਦਾ।